नंबरदार यूनियन की तरफ से अपनी मांगों को लेकर एक मीटिंग पंजाब प्रधान नंबरदार यूनियन की अगुवाई में स्थानीय संजीव पैलेस में करी गई, जिसमें नंबरदारों को आ रही मुश्किलों के बारे में विचार वटांदरा करा गया और कहा गया आने वाली 2 तारीख को पंजाब के समूह नंबरदार यूनियन के मेंबर पटियाला में मुख्यमंत्री कैप्टन अमरिंदर सिंह का मोती महल का घेराव करेंगे, जिन्होंने 4.5 साल पूरे हो जाने तक नंबरदार यूनियन से किए गए वादे पूरे नहीं करे और उन्होंने क्या कहा, ये सब जानने के लिए हमारी पूरी कवरेज देखें। जो आप सस मर जाती है उदो नौ माड़ी तो हमेशा ही जो सस हूँ उदो नौ माड़ी होंगी, जो नौ मर जाती है उदो सस माड़ी। इस वास्ते किसी को बुरा कहने तो पहला आप को बुरा कहना जरूरी। हूँ मैं बेनती करांगा राजेश कुमार जी तहसील प्रधान सीतोगुर वो भी अपने विचार रखे, रिकवेश कुमार जी सीतोगुर जिंदाबाद। एक मैं बेनती कर रहा पानी पिला दो वीरे, एक सारे नंबर हूँ मैं वीर प्रधान सरदार कुलवंत सिंह जी जलालाबाद। ਸਾਰਿੰਦਕਾ ਤੋਂ ਬਲਜਿੰਦਰ ਸਿੰਘ ਰਾਮਕੋਟ। ਅੱਜ ਸਾਡਾ ਜਿਹੜਾ ਮੁੱਦਾ ਹੈਗਾ ਮੇਨ ਸੁੱਤੀ ਪਈ ਸਰਕਾਰ ਹੈ ਜਿਹੜੀ ਕੈਪਟਨ ਸਾਹਿਬ ਜੋ 4 ਸਾਲ ਹੋ ਗਏ, ਲਗਭਗ 4.5 ਸਾਲ ਹੋ ਗਏ ਇਹਨਾਂ ਸਾਡੇ ਨੰਬਰਦਾਰਾਂ ਨਾਲ ਜੋ ਵਾਅਦੇ ਕੀਤੇ ਸੀ ਪਹਿਲਾਂ ਇੱਕ ਵੀ ਪੂਰਾ ਨਹੀਂ ਕੀਤਾ। ਉਹਦੇ ਬਾਰੇ ਹੀ ਅੱਜ ਸਾਡਾ ਪੰਜਾਬ ਪ੍ਰਧਾਨ ਜਿਹੜਾ ਇੱਥੇ ਆਇਆ ਹੋਇਆ ਫਾਜ਼ਿਲਕਾ, ਔਰ ਅਸੀਂ 2 ਤਰੀਕ ਨੂੰ ਮੋਤੀ ਮਹਿਲ ਜਾ ਕੇ ਅਸੀਂ ਘੇਰਨਾ ਜਾ ਕੇ ਉੱਥੇ ਉਹਦੀਆਂ ਤਿਆਰੀਆਂ ਅਸੀਂ ਕਰ ਰਹੇ ਹਾਂ। ਲਗਭਗ ਹੀ ਸਾਡੇ ਜਿੰਨੇ ਵੀ ਨੰਬਰਦਾਰ ਸਾਥੀ ਹੈ ਸਾਰੇ ਹੀ ਅੱਜ ਪਹੁੰਚੇ ਵੀ ਹੈ ਫਾਜ਼ਿਲਕਾ ਜ਼ਿਲ੍ਹੇ ਦੇ ਜਿੰਨੇ ਵੀ ਸੀਗੇ ਨੰਬਰਦਾਰ, ਔਰ ਅਸੀਂ ਜਲਦੀ ਆਪਦੀ ਸਾਰੀ ਤਿਆਰੀਆਂ ਵੱਟ ਕੇ ਇੱਥੋਂ ਔਰ ਫੁੱਲ ਇੱਥੋਂ ਪੂਰੀ ਤਿਆਰੀ ਕਰਕੇ ਅਸੀਂ ਇੱਥੋਂ ਬੱਸਾਂ ਭਰ ਕੇ ਅਤੇ ਪਟਿਆਲੇ ਪਹੁੰਚਾਂਗੇ। ਔਰ ਉਹ ਸੁੱਤੀ ਹੋਈ ਜਿਹੜੀ ਸਰਕਾਰ ਹੁਣ ਹੈ ਚੰਗੀ ਤਰ੍ਹਾਂ ਹਲੂਣ ਕੇ ਆਵਾਂਗੇ, ਉਹਨੂੰ ਪਤਾ ਲੱਗ ਜਾਵੇ ਵਾਕਈ ਨੰਬਰਦਾਰ ਕੋਈ ਚੀਜ਼ ਹੈ। ਪ੍ਰਧਾਨ ਜੀ ਅੱਜ ਫਾਜ਼ਿਲਕਾ ਪਹੁੰਚੇ, ਕੀ ਕਾਰਨ ਹੈ ਫਾਜ਼ਿਲਕਾ ਪਹੁੰਚਣ ਦਾ ਤੁਹਾਡਾ? ਫਾਜ਼ਿਲਕਾ ਇਸ ਤਰ੍ਹਾਂ ਪਹੁੰਚੇ ਜੀ ਵੀ 2 ਅਗਸਤ ਨੂੰ ਜਿਹੜਾ ਸਮੁੱਚੇ ਪੰਜਾਬ ਦੇ ਨੰਬਰਦਾਰਾਂ ਵੱਲੋਂ ਮੋਤੀ ਮਹਿਲ ਦਾ ਘਰਾਓ ਕੀਤਾ ਜਾ ਰਿਹਾ, ਕਿਉਂਕਿ ਸਰਕਾਰ ਨੇ ਪਿਛਲੇ 4.5 ਸਾਲਾਂ ਦੇ ਵਿੱਚ 2017 ਦੇ ਜਿਹੜੇ ਚੋਣ ਮੈਨੀਫੈਸਟੋ ਵਿੱਚ ਨੰਬਰਦਾਰ ਨਾਲ ਵਾਅਦੇ ਕੀਤੇ ਸੀਗੇ, ਉਹ ਇੱਕ ਵੀ ਜਿਹੜਾ ਵਾਅਦਾ ਪੂਰਾ ਨਹੀਂ ਕੀਤਾ। ਉਸ ਸੁੱਤੀ ਪਈ ਸਰਕਾਰ ਨੂੰ ਜਗਾਉਣ ਦੇ ਲਈ 2 ਅਗਸਤ ਨੂੰ ਪਟਿਆਲੇ ਦੇ ਮੋਤੀ ਮਹਿਲ ਜਿਹੜਾ ਘਰਾਓ ਰੱਖਿਆ ਗਿਆ, ਉਸ ਦੇ ਸੰਬੰਧ ਵਿੱਚ ਅੱਜ ਜ਼ਿਲ੍ਹਾ ਪ੍ਰਧਾਨ ਬਲਵੰਤ ਸਿੰਘ ਰਾਣਾ ਜੀ ਦੀ ਪ੍ਰਧਾਨਗੀ ਹੇਠ ਫਾਜ਼ਿਲਕਾ ਜ਼ਿਲ੍ਹੇ ਦੀ ਮੀਟਿੰਗ ਕੀਤੀ ਗਈ ਆ, ਔਰ ਨੰਬਰਦਾਰਾਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਉਤਸ਼ਾਹ ਆ। ਅਤੇ ਬਲਵੰਤ ਸਿੰਘ ਰਾਣਾ ਜੀ ਨੇ ਸਾਨੂੰ ਵਿਸ਼ਵਾਸ ਦਵਾਇਆ ਵੀ 4 ਬੱਸਾਂ ਜਿਹੜੀਆਂ ਲੈ ਕੇ ਫਾਜ਼ਿਲਕਾ ਜ਼ਿਲ੍ਹੇ ਲਈ ਅਸੀਂ ਪਟਿਆਲਾ ਦੇ ਵਿੱਚ ਪਹੁੰਚਾਂਗੇ, ਔਰ ਅੱਜ ਜਿੱਥੇ ਅਸੀਂ ਨੰਬਰਦਾਰ ਸਾਹਿਬਾਨਾਂ ਨੂੰ ਉਹਨਾਂ ਦੇ ਹੱਕਾਂ ਪ੍ਰਤੀ ਲਾਮਬੰਦ ਕਰ ਰਹੇ ਹਾਂ, ਉੱਥੇ ਸਰਕਾਰ ਨੂੰ ਅਪੀਲ ਵੀ ਕਰ ਰਹੇ ਹਾਂ ਵੀ ਜੋ ਸਾਡੀ ਨੰਬਰਦਾਰੀ ਜੱਦੀ ਪੁਸ਼ਤੀ ਆ, ਟੋਲ ਟੈਕਸ ਆ, ਬੱਸ ਪਾਸ ਆ, ਤਹਿਸੀਲਾਂ ਦੇ ਵਿੱਚ ਬੈਠਣ ਲਈ ਕਮਰੇ ਆ, ਜਿੰਨੇ ਵੀ ਸਾਡੇ ਨਾਲ ਵਾਅਦੇ ਕੀਤੇ ਸੀ ਚਾਹੇ ਉਹ ਮਾਣ ਭੱਤੇ ਦਾ ਵਾਧਾ ਹੋਵੇ ਉਹਨੂੰ ਜਲਦੀ ਤੋਂ ਜਲਦੀ ਪੂਰਾ ਕੀਤਾ ਜਾਵੇ, ਨਹੀਂ ਤਾਂ 2 ਅਗਸਤ ਦੇ ਘਰਾਓ ਤੋਂ ਬਾਅਦ ਇਸ ਸੰਘਰਸ਼ ਨੂੰ ਹੋਰ ਵੀ ਉੱਪਰ ਤੱਕ ਲੈ ਕੇ ਜਾਇਆ ਜਾਊਗਾ, ਚਾਹੇ ਸੰਬੰਧਿਤ ਵਿਧਾਨ ਸਭਾ ਹਲਕਿਆਂ ਦੇ ਸਰਕਾਰ ਦੇ MLA ਹੋਣ, ਚਾਹੇ ਹਲਕਾ ਇੰਚਾਰਜ ਹੋਣ, ਉਹਨਾਂ ਦਾ ਵੀ ਘਰਾਓ ਕੀਤਾ ਜਾਊਗਾ, ਔਰ ਚੰਡੀਗੜ੍ਹ ਦੇ ਵਿੱਚ ਵੀ ਵੱਡੀ ਗਿਣਤੀ ਦੇ ਵਿੱਚ ਸਾਰੇ ਨੰਬਰਦਾਰਾਂ ਨੂੰ ਨਾਲ ਲੈ ਕੇ ਸਰਕਾਰ ਦੇ ਖਿਲਾਫ ਜਿਹੜਾ ਸੰਘਰਸ਼ ਕੀਤਾ ਜਾਊਗਾ। ਅਸੀਂ ਇਸ ਕਰਕੇ ਸਰਕਾਰ ਨੂੰ ਬੇਨਤੀ ਕਰਦੇ ਹਾਂ ਵੀ ਜਿਹੜੇ ਸਾਡੇ ਹੱਕ ਆ ਉਹ ਸਾਨੂੰ ਸਾਡੇ ਹੱਕ ਦਿੱਤੇ ਜਾਣ, ਤਾਂ ਕਿ ਅਸੀਂ ਵੀ ਆਪਣੀ ਅਤੇ ਸਰਕਾਰ ਵੀ ਆਪਣੇ ਕੰਮ ਕਰ ਸਕੇ।
वाहेगुरु जी का खालसा वाहेगुरु जी की फतेह। एबीएन न्यूज चैनल देखने वाले सभी दर्शकों से हम अपील करते हैं कि एबीएन न्यूज चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें। जय हिंद, जय भारत।